ਜਲੰਧਰ ਦੇ ਪਟਵਾਰਖਾਨਾ ਸਥਿਤ ਪਰਿਸਰ ਦੀ ਸੁਰੱਖਿਆ ਲਈ 1000 ਪੁਲਿਸ ਕਰਮੀ ਲਗਾਏ ਗਏ। ਵੋਟਾਂ ਦੀ ਗਿਣਤੀ ਦੇ ਲਈ 5 ਆਬਜ਼ਰਵਰ ਦੀ ਨਿਗਰਾਨੀ 'ਚ 1500 ਸਿਵਲ ਅਧਿਕਾਰੀ ਲਗਾਏ ਗਏ। ਇਸੇ ਤਹਿਤ ਸਾਰੇ ਪਰਿਸਰ ਦੇ ਸੀਸੀਟੀਵੀ ਨਾਲ ਨਜ਼ਰ ਰੱਖੀ ਜਾਵੇਗੀ ਅਤੇ ਪਾਰਕਿੰਗ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ। ਉੱਥੇ ਇਸ ਵਾਰ ਫੌਜੀ ਭਰਾਵਾਂ ਦੇ ਲਈ ਇਲੈਕਟ੍ਰੋਨਿਕ ਵੋਟ ਜਾਂ ਫਿਰ ਪੋਸਟਲ ਵੋਟ ਦਾ ਪ੍ਰਬੰਧ ਕੀਤਾ ਗਿਆ, ਜੋ ਕਿ ਕੱਲ੍ਹ ਸਵੇਰੇ 8 ਵਜੇ ਤੱਕ ਹੋਵੇਗੀ। ਪਹਿਲਾਂ ਇਹਨਾਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉੱਥੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਵਾਸਤਵ 'ਚ ਇਹ ਸਾਰੀਆਂ ਵੋਟਾਂ ਫੌਜੀ ਭਰਾਵਾਂ ਨੇ ਪਾਈਆਂ ਹਨ ਜਾਂ ਨਹੀਂ। ਦੀ ਐਂਟਰੀ 6 ਵਜੇ ਹੀ ਕਰਾ ਰਹੇ ਹਾਂ ਤਾਂ ਕਿ ਜਦੋਂ ਮੁਲਾਜ਼ਮ ਆਉਣ ਤੁਸੀਂ ਵੀ ਆਪਦੀ ਡਿਊਟੀ 'ਤੇ ਡਟ ਜਾਓ। ਅਸੀਂ ਤੁਹਾਨੂੰ ਵੀ ਆਪਦਾ ਇੱਕ ਹਿੱਸਾ ਹੀ ਸਮਝਦੇ ਹਾਂ, ਕਿਉਂਕਿ ਤੁਹਾਡੇ ਆਉਣ ਨਾਲ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਆਉਂਦੀ ਹੈ ਔਰ ਲੋਕਾਂ ਨੂੰ ਬੜਾ ਕੌਤੂਹਲ ਬਣਿਆ ਹੁੰਦਾ, ਬਾਹਰ ਬੜੀ ਕਿਉਰਿਓਸਿਟੀ ਹੁੰਦੀ ਹੈ ਕਿ ਅੰਦਰ ਕੀ ਚੱਲ ਰਿਹਾ। ਮੇਰਾ ਮੰਨਣਾ ਇਹ ਹੈ ਕਿ ਜਦੋਂ ਤੁਹਾਡੇ ਰਾਹੀਂ ਲੋਕਾਂ ਨੂੰ ਫੀਡਬੈਕ ਮਿਲਦੀ ਰਹਿੰਦੀ ਹੈ ਤਾਂ ਉਹਨਾਂ ਦਾ ਪੂਰੇ ਸਿਸਟਮ 'ਤੇ ਭਰੋਸਾ ਬਣਿਆ ਰਹਿੰਦਾ। ਵਿੱਚ ਵਿੱਚ ਦੀ ਜਿਹੜੇ 200 ਸਾਡੇ ਸਾਥੀਆਂ ਨੂੰ ਪ੍ਰੈਸ ਦਾ ਪਾਸ ਮਿਲਿਆ, ਉਹਨਾਂ ਨੂੰ ਛੋਟੇ ਛੋਟੇ ਬੈਚਿਸ ਦੇ ਵਿੱਚ ਜਿਹੜੇ ਹੈਗੇ ਆ DPRO ਸਾਹਿਬ ਤੁਹਾਨੂੰ ਅੰਦਰ ਲੈ ਕੇ ਜਾਣਗੇ। ਸ਼ਾਰਟਸ ਫੋਰ 2 ਔਰ 3 ਮਿੰਟਸ, ਉਹ 'ਚ ਤੁਸੀਂ ਵੀਡੀਓ ਔਰ ਜਿਹੜੇ ਦੂਜੇ ਹੈਗੇ ਆ ਸਟਿਲ ਸ਼ਾਰਟਸ ਤੁਸੀਂ ਲੈ ਸਕਦੇ ਹੋ ਤਾਂ ਕਿ ਤੁਸੀਂ ਆਪਦੇ ਚੈਨਲਸ ਜਾਂ ਪ੍ਰੈਸ ਰਾਹੀਂ ਉਹਨਾਂ ਨੂੰ ਬਾਹਰ ਫਲੈਸ਼ ਕਰ ਸਕੋ। ਲਗਾਤਾਰ ਜਾਂ ਬਿਓਂਡ ਏ ਪੁਆਇੰਟ ਜਾਣ ਦੀ ਆਗਿਆ ਤੁਹਾਨੂੰ ਵੀ ਨਹੀਂ ਹੈ, ਉਹ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਇੱਕ ਪ੍ਰੋਟੋਕੋਲ ਹੈ, ਤੁਹਾਨੂੰ ਵੀ ਫੋਲੋ ਕਰਨਾ ਪੈਣਾ। ਤੁਹਾਡੀ ਸੁਵਿਧਾ ਦੇ ਲਈ ਆਹ ਜਿਹੜਾ ਟੈਂਟ ਹੈਗਾ, ਜਿਹੜਾ ਕਿ ਹੁਣ ਤੱਕ ਪੋਲੀਟੀਕਲ ਪਾਰਟੀਆਂ ਦਾ ਸੀ, ਕੱਲ੍ਹ 6 ਵਜੇ ਤੱਕ ਪੋਲੀਟੀਕਲ ਪਾਰਟੀਜ਼ ਇੱਥੇ ਡਟੀਆਂ ਰਹਿ ਸਕਦੀਆਂ ਨੇ, ਪਰ ਉਸ ਤੋਂ ਬਾਅਦ ਇਹ ਪ੍ਰੈਸ ਇਨਕਲੋਜ਼ਰ ਬਣ ਜਾਏਗਾ। ਇਸ ਦੇ ਵਿੱਚ ਤੁਹਾਨੂੰ ਅਸੀਂ ਜਿਹੜੀਆਂ ਸੁਵਿਧਾਵਾਂ ਦੇਵਾਂਗੇ, TV ਵੀ ਇੱਥੇ ਹੋਏਗਾ ਔਰ ਤੁਹਾਡੇ ਲਈ ਇੰਟਰਨੈਟ ਦਾ ਕਨੈਕਸ਼ਨ ਵੀ ਹੋਏਗਾ, ਕੰਪਿਊਟਰ ਵੀ ਹੋਏਗਾ, ਤਾਂ ਕਿ ਤੁਸੀਂ ਅਗਰ ਆਪਦੀ ਕੋਈ ਇਨਫੋਰਮੇਸ਼ਨ ਭੇਜਣੀ ਹੈ, ਈਮੇਲ ਭੇਜਣੀ ਹੈ, ਉਹ ਚੀਜ਼ ਅਵੇਲੇਬਲ ਹੋਏ। ADC ਸਾਹਿਬ ਮੇਰੇ ਨਾਲ ਬੈਠੇ ਹੈ, ਤਹਿਸੀਲਦਾਰ ਸਾਹਿਬ ਬੈਠੇ ਹੈ, ਮੈਂ ਹੁਣ ਵਾਅਦਾ ਕਰਤਾ ਜੀ, ਪਰ ਇਸ ਚੀਜ਼ ਦਾ ਕੱਲ੍ਹ ਸਿਰੇ ਚੜਿਆ ਹੋਵੇ। ਤੁਹਾਡੇ ਬੈਠਣ ਲਈ ਚੇਅਰਸ ਵੀ ਹੋਣਗੀਆਂ ਔਰ 7 ਕੂਲਰ DPRO ਸਾਹਿਬ ਨੇ ਆਦੇਸ਼ ਕੀਤਾ ਉਹ ਵੀ ਇੱਥੇ ਹੋ ਜਾਣਗੇ। ਔਰ ਇਹਦੇ ਨਾਲੋਂ ਨਾਲ ਮੈਂ ਇਹਨਾਂ ਨੂੰ ਕਿਹਾ ਕਿ ਕਿਉਂਕਿ ਤੁਸੀਂ ਵਾਰ ਵਾਰ ਬਾਹਰ ਨਹੀਂ ਜਾ ਸਕਦੇ ਤਾਂ ਰਿਫਰੈਸ਼ਮੈਂਟਸ ਵੀ ਅਸੀਂ ਥਰੂ DPRO ਤੁਹਾਨੂੰ ਪ੍ਰੋਵਾਈਡ ਫੋਰ ਕਰਦੇ ਰਵਾਂਗੇ ਇੱਥੇ। ਔਰ ਵਿੱਚ ਵਿੱਚ ਦੀ ਜਿਹੜਾ ਖਾਣੇ ਦਾ ਪ੍ਰਬੰਧ ਵੀ ਹੋਊਗਾ, ADC ਸਾਹਿਬ ਕਹਿ ਰਹੇ ਆ, ਪਰ ਅੰਦਰੋਂ ਜਿਹੜਾ ਹਰ ਰਾਊਂਡ ਦਾ ਨਤੀਜਾ ਹੈਗਾ DPRO ਸਾਹਿਬ ਬਾਹਰ ਆ ਕੇ ਉਹਨੂੰ ਅਨਾਊਂਸ ਕਰਨਗੇ। ਮੈਂ ਕੋਸ਼ਿਸ਼ ਕਰੂੰਗਾ ਕਾਊਂਟਿੰਗ ਦੇ ਹਰ ਰਾਊਂਡ ਦਾ ਜਿਹੜਾ ਨਤੀਜਾ ਹੈਗਾ ਅਸੀਂ ਰਿਟਨ ਕਾਪੀ ਵੀ ਇਹਨਾਂ ਰਾਹੀਂ ਤੁਹਾਨੂੰ ਭੇਜ ਦਈਏ, ਪਰ ਪਲੀਜ਼ ਹੈਵ ਪੇਸ਼ੈਂਸ। ਮੇਰੇ ਕੋਲ ਜਿੱਦਾਂ ਹੀ ਆਊਗਾ ਮੈਂ ਕੋਸ਼ਿਸ਼ ਕਰੂੰਗਾ, ਕਿਉਂਕਿ ਫੋਨ ਮੇਰੇ ਕੋਲ ਵੀ ਅਲਾਊਡ ਨਹੀਂ ਹੋਣਾ ਕਿ ਮੈਂ ਫਟਾਫਟ ਵਟਸਐਪ 'ਤੇ ਭੇਜ ਦਾਂ। ਇਸ ਕਰਕੇ ਜਿੱਦਾਂ ਹੀ ਆਏਗਾ ਅਸੀਂ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ, ਬਟ ਪਲੀਜ਼ ਬੀਅਰ ਵੀ ਦੱਸ, ਸਾਡੇ ਵੱਲੋਂ ਐਸੀ ਕੋਈ ਕੋਸ਼ਿਸ਼ ਨਹੀਂ ਹੋਏਗੀ ਕਿ ਕੋਈ ਕਿਸੇ ਕਿਸਮ ਦੀ ਦੇਰੀ ਕੀਤੀ ਜਾਵੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੇ ਰਾਹੀਂ ਜਿੰਨੀ ਇਨਫੋਰਮੇਸ਼ਨ ਜਲਦੀ ਘਰਾਂ 'ਚ ਜਾਊਗੀ ਉਨਾ ਸਾਨੂੰ ਸੌਖਾ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ, ਕਿਉਂਕਿ ਉਨੇ ਲੋਕ ਨੇੜੇ ਘੱਟ ਆਉਣਗੇ। ਬਾਕੀ ਇਸ ਤੋਂ ਇਲਾਵਾ ਜੋ ਤੁਹਾਡੇ ਸਵਾਲ ਜਵਾਬ ਹੋਣਗੇ, ਪਹਿਲਾਂ CP ਸਾਹਿਬ ਹੁਣ ਸਿਕਿਉਰਿਟੀ ਅਰੇਂਜਮੈਂਟਸ ਬਾਰੇ ਹੁਣ ਤੱਕ ਕੀ ਹੋਈਆਂ ਨੇ, ਕੱਲ੍ਹ ਕੀ ਹੋਣਗੀਆਂ, ਉਹਦੇ ਬਾਰੇ ਬਰੀਫ ਕਰਨਗੇ। ਬਟ ਉਸ ਤੋਂ ਪਹਿਲਾਂ ਮੈਂ ਕਾਰਨਰ ਸਟਾਊਨ ਜਾਂ ਸਾਡੀ ਪੋਲਿਸੀ ਕੀ ਹੈ, ਇਹ ਕੋਈ ਅਸੀਂ ਪਹਿਲਾਂ ਇਲੈਕਸ਼ਨ ਨਹੀਂ ਕਰਾ ਰਹੇ। CP ਸਾਹਿਬ ਪਹਿਲਾਂ SSP ਰੂਰਲ ਸੀਗੇ, ਇਹਨਾਂ ਨੇ ਅਤੇ ਮੈਂ ਰਲ ਕੇ ਪਿਛਲੀ ਵਾਰ ਬਾਈ ਇਲੈਕਸ਼ਨ ਵੀ ਕਰਾਇਆ, ਕਿਉਂਕਿ ਬਾਈ ਇਲੈਕਸ਼ਨ ਟਫ ਹੁੰਦਾ। ਉਸ ਤੋਂ ਬਾਅਦ ਪੰਚਾਇਤ ਚੋਣ ਵੀ ਕਰਾਈ ਹੈ, ਉਸ ਤੋਂ ਬਾਅਦ ਅਸੀਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਵੀ ਕਰਾਈ ਹੈ। ਆਈ ਐਮ ਸੋ ਫੋਰਚੂਨੇਟ ਟੂ ਹੈਵ ਸੱਚ ਏ ਗੁੱਡ ਟੀਮ ਕਿ ਪੁਲਿਸ ਔਰ ਸਿਵਲ ਪ੍ਰਸ਼ਾਸਨ ਦਾ ਇੰਨੀ ਵੈੱਲ ਓਇਲਡ ਮਸ਼ੀਨਰੀ ਇੰਨੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਕਾਰਨਰ ਸਟੋਨ ਸਾਡੀ ਪੋਲਿਸੀ ਦਾ ਹੈ ਉਹ ਇਹ ਹੈ ਕਿ ਟਰਾਂਸਪੇਰੈਂਸੀ ਸ਼ੁੱਡ ਬੀ ਮੇਨਟੇਨਡ। ਇਸ ਪੂਰੇ ਪ੍ਰਕਰਨ ਦੇ ਵਿੱਚ ਜੋ ਹੁਣ ਤੱਕ ਹੋਇਆ ਤੁਸੀਂ ਇਸ ਗੱਲ ਦੇ ਵਿਟਨੈਸ ਹੋ, ਅਸੀਂ ਮੇਨਟੇਨ ਕੀਤਾ, ਅਗਲੇ 36 ਘੰਟੇ ਵੀ ਇੱਦਾਂ ਹੀ ਮੇਨਟੇਨ ਹੋਊਗਾ। ਕੱਲ੍ਹ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਅਸੀਂ ਕਰਾਂਗੇ। ਨਾਓ ਓਵਰ ਟੂ CP ਸਾਹਿਬ ਫੋਰ ਦਾ ਸਿਕਿਉਰਿਟੀ ਅਰੇਂਜਮੈਂਟਸ, ਦੈਨ ਦਾ ਹਾਊਸ ਵਿਲ ਬੀ ਓਪਨ ਟੂ ਦਾ ਕੁਸ਼ਚਨਿੰਗ ਫਰੋਮ ਯੋਰ ਸਾਈਡ। ਕਰਦਾ ਕਿ ਜੋ ਇਲੈਕਸ਼ਨ ਪ੍ਰੋਸੈਸ ਆਪਣਾ ਪਹਿਲਾਂ ਸੀ, ਮੀਡੀਆ ਵੱਲੋਂ ਤੁਹਾਡੇ ਵੱਲੋਂ ਬਿਲਕੁਲ ਪੋਜ਼ਿਟਿਵ ਅਤੇ ਸਹੀ ਰਿਪੋਰਟਿੰਗ ਕੀਤੀ ਗਈ ਹੈ ਔਰ ਉਹਦੇ ਨਾਲ ਲੋਕਾਂ ਦੇ ਵਿੱਚ ਹੋਰ ਭਰੋਸਾ ਹੋਇਆ ਕਿ ਜਿਸ ਤਰ੍ਹਾਂ ਆਪਣਾ, ਚਲੋ ਪਰਮਾਤਮਾ ਦੀ ਮਿਹਰ ਤਾਂ ਮੇਨ ਹੁੰਦੀ ਹੈ, ਸਾਰਿਆਂ ਦੀ ਮਿਹਨਤ ਹੈ, ਸੂਝਵਾਨ ਵੋਟਰਾਂ ਦੀ, ਪਬਲਿਕ ਦੀ, ਤੁਹਾਡੀ ਅਤੇ ਸਾਡੀ ਸਿਵਲ ਅਤੇ ਪੁਲਿਸ ਦੀ, ਜਿੰਨਾ ਕਿ ਆਪਣਾ ਬਿਲਕੁਲ ਸ਼ਾਂਤੀਪੂਰਕ ਸਾਰਾ ਚੁਣਾਵ ਪ੍ਰਕਿਰਿਆ ਕੰਪਲੀਟ ਹੋਈ ਹੈ। ਉਸ ਤੋਂ ਬਾਅਦ ਸਾਰੀਆਂ EVMs ਪੈਰਾਮਿਲਟਰੀ ਫੋਰਸ ਦੀ ਸਕੌਟ ਨਾਲ ਇੱਥੇ ਲਿਆਂਦੀਆਂ ਗਈਆਂ 9 ਦੇ 9 ਹਲਕਿਆਂ ਦੀਆਂ ਔਰ ਇੱਥੇ ਸਾਡੇ ਕੋਲ 4 ਕੰਪਨੀਆਂ ITBP ਦੀਆਂ ਇਹਨਾਂ ਨੂੰ ਮੈਨ ਕਰ ਰਹੀਆਂ।
और मेरे मुताबिक फोर्स एडुकेट है। अगे वैसे घट मिलती रही सी, ऐतकी फोर्स अपने को ज़्यादा मिली है पैरामिलिट्री टू गार्ड ऑल दिस। सो दे नाल सारे नूं होर कॉन्फिडेंस आउंदा और जिन्हें एक्सट्रा बंदे ने उसी उन्होंने फस्ट ईयर जिहड़ा हैगा पैरामिलिट्री दे नाल उन्होंने थोड़ा ब्रॉडन करके रखिया होया ताकि होर लंबा दायरा पहले टायर का हो जाए। सैकेंड टायर दे विच साढ़े कोल स्टेट आर्म पुलिस है, पी ए पी आई आर बी, जो भी इलैक्शन कमीशन का प्रोटोकॉल है वो मुताबक वो भी साढ़े को तकरीबन 300 बंदा आ चुके ऑलरेडी उस दिन का ही लग्या होया। और सैकेंड टीयर जिहड़ा हैगा उहदे च पूरी स्ट्रेंथन करके असी सिक्योरिटी लाई है और एडुकेट फोर्स है। उस तो अलावा तीजा जिहड़ा टायर है उहदे च डिस्ट्रिक्ट पुलिस है, वह डिस्ट्रिक्ट पुलिस भी साढ़े को पूरी तादाद दे विच है और सारे गेट वगैरह क्यू आर टीज वाटर कैनन वजरा जो भी एंटी रॉयड इक्विपमेंट है वो सारी उत्थे तैनात है। तो मेरी तुहाडे थ्रू सारी जनता को यही गुजारिश है कि बिल्कुल किसी अफवाह तो ना प्रभावित होण और बिल्कुल ट्रांसपेरेंट जिवें फ्री एंड फेयर इलैक्शन पहला हुई है ऑन ग्राउंड ऑन पोलिंग बूथ उदा ही काउंटिंग सेंटर की जी सिक्योरिटी है वो फुल प्रूफ होएगी। लोगों के तुहाडे जिहड़े कंफर्टेबिलिटी मुख रखते हुए अपा अलग अलग एंट्री पॉइंट्स जिहड़े अज हुण फाइनलाइज करने डी साहब ने ते मैं एक राउंड लैके। सो साडी मेन मंतव है कि पब्लिक कन्वीनियंस ते तुहाडे सारे की कन्वीनियंस जिहड़ी है और सिक्योरिटी नूं भी मद्देनज़र रखते हुए वो असी फाइनलाइज करनी है सो दैट नेड़े तो नेड़े जिहड़ी पार्किंग अपा हरेक नूं मुहैया करा सकीए। देखो जिहड़ा भी कोई सेंटर हुंदा उहदी अपनियां प्लस माइनस हुंदियां चीज़ां, कितें उहदी लोकेशन मुताबक ही पार्किंग बनती है और उहदे मुताबक ही ये सारे काम चलते ने। सो मेरी गुजारिश है कि साडा बेयर करना और साडा मेन मंतव्य मैं दोबारा दोहरा रहा कि तुहाडी सहूलत नूं देख के सारा डिसीजन लैना, चाहे सानूं कोई थोड़ा जिहा रिलैक्स भी करना पवे। दूजी गल हरेक जिहड़ा काउंटिंग सेंटर है बाहर गेटां तो अलावा ये सारे कॉम्पलैक्स नूं असी बाहरों गार्ड कर रहे हैं विद साडे काफ़ी डिटेल्ड इन डैप्थ नाके लगे होंगे। माउंटेड पुलिस घोड़े वाली पुलिस भी करेगी, क्यू आर टीज लगिया हुई क्यू करैक्शन टीम्स कमांडो दे साडे दस्ते ने, एंटी रॉयड पुलिस साढ़े को आई है ताकि बाहर कोई भी लॉ एंड ऑर्डर सिचुएशन डील कर सकन और जोड़ी सिक्योरिटी है वो बाहरों अंदरों नू भी उन्नी बराबर लाई हुई जी अंदरों बाहर नू जा रही है। थ्री टायर तो बाहर भी जिहड़ा फोर्थ टायर भी है शहर के वो अलग असी ऑफिसर रखे है लॉ एंड ऑर्डर मेनटेन करनू जदों नतीजे आते हैं तो प्रोसैशन वगैरह नू लॉ एंड ऑर्डर सिचुएशन डील करने वास्ते एक डीसीपी लैवल दे ऑफिसर जिहड़े ओनली फॉर सिटी वो अपना एरिया मेनटेन करनगे। इत्थे मेरे तो अलावा डीसीपी साहब दे नाल साढ़े तकरीबन 1000 बंदे और 17 दे करीब ऑफिसर जिहड़े है गस्टड अफसर मैन करनगे सारे कॉम्पलैक्स नू। हुण भी जिहड़ा रोस्टर चल रहा उहदे विच एक एस पी ते एक डी एस पी लैवल का ऑफिसर 24 घंटे की रोटेशन ते इत्थे अवेलेबल है और सारी वायरलैस दे विच आपस कम्यूनीकेशन है और जिहड़े रजिस्टर्स ने वह बार 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 साढ़े ऑफिसर जाके उस नोट देंदे है जिथे कि स्ट्रोंग रूम सिक्योरिटी नू चैक किया गया। और मैं तुहाडे राही फिर दोबारा जनता नू यह विश्वास दवाना कि बिल्कुल फेयर एंड फ्री और ट्रांसपेरेंट वे ना सारी काउंटिंग प्रोसैस भी होएगा जिदा कि वोटा पाई गई हैं। और मेरी यही गुजारिश पब्लिक नू है जिदा उन्होंने पहला शांति मेनटेन की है इस तरह अफवाहों तो बच के और लॉ एंड ऑर्डर मुख रखते हुए शहर की माहौल मुख रखते हुए शांति मेनटेन कर कोई गलबात है उन्होंने असी आंसर करने वास्ते डी सी साहब मैं तो सारे बाकी साड़ी टीम हाज़र हाँ। कोई क्वायरी होंगी है डी पी आर ओ साहब बैठे हैं तुम साढ़े डिस्कस कर सकते हो, असं भी इतने होवे। तो मेरी लास्ट से तुम फिर धन्यवाद है कि बहुत वधिया मीडिया की सानू हमेशा कोऑपरेशन रही है। और इस जलंधर तो रवि गिल की रिपोर्ट। सांझ टीवी से सिर्फ खबर जानने के लिए नहीं सभ्याचारक प्रोग्राम खास मुलाकात विच सोशल इशू पॉलिटिकल इशू इन्हां सारे इशूज़ नूं जानने के लिए सबसक्राइब करो अपना यूट्यूब चैनल सांझ टीवी।